ਪੰਜਾਬੀ ਗਾਣੇ ਤੇ ਟਿਕਟੋਕ ਦਾ ਇਹ ਵੀਡੀਓ ਜਿਸ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਚ ਬਣਾਇਆ ਗਿਆ। ਸ੍ਰੀ ਹਰਿਮੰਦਰ ਸਾਹਿਬ ਚ ਕਿਸੇ ਵੀ ਤਰ੍ਹਾਂ ਦੀ ਵੀਡੀਓ ਤੇ ਫੋਟੋਗ੍ਰਾਫੀ ਦੀ ਇਜਾਜ਼ਤ ਨਹੀਂ ਹੈ। ਇਸ ਦੇ ਬਾਵਜੂਦ ਟਿਕਟੋਕ ਵੀਡੀਓ ਬਣਾਏ ਜਾਣ ਦੇ ਖਿਲਾਫ SGPC ਨੇ ਇੱਕ ਸ਼ਿਕਾਇਤ ਦਰਜ ਕਰਵਾਈ ਹੈ। ਉੱਥੇ ਅੰਬਾਲਾ ਬੇਸਡ ਇੱਕ ਸਿੱਖ ਸੰਗਠਨ ਨੇ ਵੀ ਸ਼ਿਕਾਇਤ ਦੇ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਲਗਾਇਆ ਹੈ। ਹਾਲਾਂਕਿ ਟਿਕਟੋਕ 'ਚ ਨਜ਼ਰ ਆ ਰਹੀ ਕੁੜੀ ਨੇ ਆਪਣੀ ਗਲਤੀ ਦੇ ਲਈ ਮਾਫੀ ਮੰਗੀ ਹੈ। ਉਸਦਾ ਕਹਿਣਾ ਹੈ ਕਿ ਉਸ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ। ਉਸਦਾ ਮਕਸਦ ਕਿਸੇ ਦੀਆਂ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਮੈਂ ਮਾਨਤੀ ਹੂੰ ਕਿ ਵੋ ਕਮੈਂਟਸ ਆਨੇ ਚਾਹੀਏ ਕਿਉਂਕਿ ਲੋਗੋ ਕੋ ਬੁਰਾ ਲਗਾ ਹੋਗਾ ਦੇਖ ਕੇ। ਮੈਂ ਆਪਣੀ ਗਲਤੀ ਕੋ ਐਕਸੈਪਟ ਕਰਤੀ ਹੂੰ, ਮੁਝੇ ਮਾਫ਼ ਕਰ ਦੇਣਾ ਅਗਰ ਕਿਸੀ ਕੇ ਰਿਲੀਜਨ ਕੋ ਮੈਨੇ ਠੇਸ ਪਹੁੰਚਾਈ ਹੋ, ਰੀਅਲੀ ਸੋਰੀ, ਮਾਫ਼ ਕਰ ਦੇਣਾ ਮੇਰੇ ਕੋ। ਬਟ ਮੈਂ ਫਸਟ ਟਾਈਮ ਗੁਰਦੁਆਰੇ ਮੇਂ ਗਈ ਥੀ ਔਰ ਮੇਰੇ ਕੋ ਵਹਾਂ ਕੇ ਰੂਲਸ ਐਂਡ ਰੈਗੂਲੇਸ਼ਨਸ ਕੇ ਬਾਰੇ ਮੇਂ ਬਿਲਕੁਲ ਨਹੀਂ ਪਤਾ ਥਾ। ਅਗਰ ਮੇਰੇ ਕੋ ਵਹਾਂ ਪੇ ਕੋਈ ਰੋਕਤਾ ਵੀਡੀਓ ਬਣਾਨੇ ਕੇ ਲੀਏ ਤੋ, ਔਰ ਅਗਰ ਮੈਨੇ ਕੋਈ ਬੋਰਡ ਦੇਖਾ ਹੋਤਾ, ਮੈਨੇ ਕੋਈ ਬੋਰਡ ਵਹਾਂ ਪੇ ਨਹੀਂ ਦੇਖਾ ਕਿ ਹਮੇਂ ਫੋਨ ਯੂਜ਼ ਨਹੀਂ ਕਰਨਾ। ਵਹਾਂ ਪੇ ਬਹੁਤ ਸੇ ਲੋਕ ਸੈਲਫੀ ਵਗੈਰਾ ਲੇ ਰਹੇ ਥੇ, ਇਸੀ ਲਈ ਮੈਨੇ ਵੀਡੀਓ ਬਣਾਈ ਵਹਾਂ ਪੇ। ਹੋ ਸਕਦਾ ਹੈ ਕੁੜੀ ਨੂੰ ਵੀਡੀਓ ਬਣਾਉਣ ਤੇ ਰੋਕ ਹੋਣ ਦੀ ਜਾਣਕਾਰੀ ਨਾ ਹੋਵੇ, ਪਰ ਧਾਰਮਿਕ ਥਾਵਾਂ ਤੇ ਕਿਹੋ ਜਿਹਾ ਸੰਗੀਤ ਸੁਣਨਾ ਹੈ ਤੇ ਸੁਣਾਇਆ ਜਾਣਾ ਹੈ, ਘੱਟ ਤੋਂ ਘੱਟ ਇਸ ਗੱਲ ਦਾ ਤਾਂ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਆਗੇ ਸੇ ਐਸਾ ਕੁਛ ਨਹੀਂ ਹੋਗਾ, ਰੀਅਲੀ ਸੋਰੀ, ਜਿਨਕੇ ਮੇਰਾ ਕੋਈ ਇੰਟੈਂਸ਼ਨ ਨਹੀਂ ਥਾ ਕਿਸੀ ਕੇ ਧਰਮ ਕੋ ਠੇਸ ਪਹੁੰਚਾਨੇ ਕਾ, ਕਿਸੀ ਕੋ ਨੀਚਾ ਦਿਖਾਨੇ ਕਾ, ਤੋ ਮੁਝੇ ਮਾਫ਼ ਕਰ ਦੇਣਾ ਆਜ ਇਨ ਲੋਗੋ ਕੋ ਬੁਰਾ ਲਗਾ, ਔਰ ਰੀਅਲੀ ਸੋਰੀ ਉਸਕੇ ਲੀਏ, ਉਸ ਵੀਡੀਓ ਕੇ ਲੀਏ। ਵਧੀਆ ਹੋਵੇਗਾ ਕਿ ਅਗਲੀ ਵਾਰ ਜੇ ਤੁਸੀਂ ਵੀ ਸ਼੍ਰੀ ਹਰਿਮੰਦਰ ਸਾਹਿਬ ਜਾਓ ਜਾਂ ਫਿਰ ਕਿਸੇ ਦਰਗਾਹ ਜਾਂ ਮੰਦਿਰ ਤੇ, ਤਾਂ ਉਸ ਤੋਂ ਪਹਿਲਾਂ ਉਸ ਧਾਰਮਿਕ ਸਥਾਨ ਦੇ ਕਾਇਦੇ ਕਾਨੂੰਨ ਬਾਰੇ ਜ਼ਰੂਰ ਵਾਕਿਫ਼ ਹੋ ਜਾਓ, ਤਾਂ ਕਿ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ, ਨਾ ਹੀ ਤੁਹਾਨੂੰ ਕਿਸੇ ਵਿਰੋਧ ਦਾ ਸਾਹਮਣਾ ਕਰਨਾ ਪਵੇ। ਅੰਮ੍ਰਿਤਸਰ ਤੋਂ ਬਜ਼ਮ ਵਰਮਾ ਦੇ ਨਾਲ ਬਿਊਰੋ ਰਿਪੋਰਟ, ਸੀ ਮੀਡੀਆ।